ਵੇਖੋ ਜੀ, ਸਭ ਤੋਂ ਵਧੀਆ ਫੀਡਬੈਕ ਆਈ ਹੈ ਖੱਟੀ ਲੱਸੀ। ਖੱਟੀ ਲੱਸੀ ਚ ਦੇਈ ਹੋਵੇ, ਖੱਟੀ ਲੱਸੀ ਚਾਟੀ ਦੀ ਇੱਥੇ ਬਾਹਰ ਜਿਵੇਂ, ਤੇ ਵਿੱਚ ਕਾਲੀ ਲੂਣ ਮਿਰਚ ਪਾ ਕੇ ਦੇ ਸੰਘਣੀ ਗਾੜੀ ਖੱਟੀ ਲੱਸੀ ਪੀਓ 3-4 ਦਿਨ, ਤੇ ਜਿਹੜੀ ਉਹ ਪਿੱਤੇ ਦੇ ਵਿੱਚ ਆਪਣਾ ਉਹ ਲੀਕਵਰ ਜੰਮਿਆ ਉਹ ਤੁਹਾਡਾ ਪਤਲਾ ਹੋ ਕੇ ਤੇ ਨਿਕਲ ਜਾਂਦਾ। जी ਨਹੀਂ ਤਾਂ ਤੁਸੀਂ 10-10 ਨਿੰਬੂ 3 ਦਿਨ ਲਗਾਤਾਰ ਪੀਓ, ਜੇ ਨਹੀਂ ਨਿਕਲਿਆ ਤੇ 10 ਦਿਨ ਖਲੋ ਕੇ ਫਿਰ 3 ਦਿਨ ਇਸ ਤਰ੍ਹਾਂ 10-10 ਨਿੰਬੂ ਪੀ ਲਓ, ਜੇ ਫਿਰ ਵੀ ਨਿਕਲਿਆ ਤੇ 3 ਵਾਰਾਂ ਪੀਣ ਦੇ ਬਾਵਜੂਦ ਤੁਹਾਡੇ ਜਿਹੜੇ ਉਹ ਪਿੱਤੇ ਦੇ ਵਿੱਚ ਤੁਹਾਡਾ ਲੀਕਵਰ ਗਾੜਾ ਹੋਇਆ ਤਾਂ ਵੀ ਉਹ ਨਿਕਲ ਜਾਂਦਾ। ਜੇ ਨਹੀਂ ਤਾਂ ਕਲਮੀ ਛੋਰਾ, ਜੌਂ ਖਾਰ, ਸੁਹਾਗਾ ਤੇ ਜਾਂਗੜ ਦਾ ਪਾਊਡਰ, ਧਨੀਏ ਦਾ ਪਾਊਡਰ ਤੇ ਸੁੰਢ ਦਾ ਪਾਊਡਰ ਤੇ ਵਿੱਚ ਜਿਹੜਾ ਠਿੱਕਰੀ ਨਿਸ਼ਾਦਰ ਉਹ 10 ਗ੍ਰਾਮ ਪਾਉਣਾ, ਜੇ ਉਹ 20-20 ਗ੍ਰਾਮ ਨੇ। ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲ, ਰੂਹ ਅਫਜੇ ਨਾਲ, ਖੱਟੀ ਲੱਸੀ ਨਾਲ, ਜਾਂ ਜਿਹੜਾ ਪਾਣੀ ਜਾਂ ਖਾਰੇ ਸੋਡੇ ਨਾਲ ਰੱਜ ਕੇ ਪੀਓ, ਤੇ ਤੁਹਾਡੀ ਤਾਂ ਵੀ ਜਿਹੜੀ ਉਹ ਪਿੱਤੇ ਦੇ ਵਿੱਚ ਤੁਹਾਡਾ ਲੀਕਵਰ ਜੰਮਿਆ ਤਾਂ ਵੀ ਉਹ ਪਤਲਾ ਹੋ ਕੇ ਤੇ ਨਿਕਲ ਜਾਏਗਾ। ਥੈਂਕ ਯੂ। ਜੋ ਮਰਜ਼ੀ ਜੇ ਕਰ ਲੈਣ, ਇਹ ਲਿਕਵਿਡ ਜਿਹੜਾ ਨਿਕਲ ਜਾਏ। ਪਰ ਇਹ ਸਾਰਿਆਂ ਤੋਂ ਵੇਖੋ ਜਿਹੜੀ ਹੁੰਦੀ ਨਾ ਵੀਰ ਜੀ, ਜਮਾਨੇ ਖਲਕ ਕੋ ਨਗਾਰਾ ਇੱਕ ਦਾ ਸਮਝੋ, ਜਿਹੜੀ ਕਲਕਤ ਦੀ ਜ਼ਬਾਨ ਹੁੰਦੀ ਨਾ ਖੁਦਾ ਦਾ, ਉਹ ਵੀ ਨਗਾਰਾ ਓਕਾ ਹੁੰਦਾ। ਜਿਹੜੀ ਜਾਰੀ ਦੁਨੀਆ ਦੇ ਮੂੰਹ ਤੇ ਵੇਖੋ, ਸਾਰੇ ਤਾਂ ਮੇਰੇ ਕੁਛ ਲੱਗਦੇ ਨੀ, ਤੇ ਉਹ ਲੋਕਾਂ ਦੀ ਜਿਹੜੀ ਫੀਡਬੈਕ ਹੈ ਨਾ, ਜਿਹੜੇ ਦੱਸਦੇ ਨੇ ਵੀ ਮੈਂ ਤਾਂ ਇਸ ਤਰ੍ਹਾਂ ਤੁਸੀਂ ਦੱਸਿਆ ਸੀ ਕੀਤਾ, ਮੈਂ ਤਾਂ 3 ਵਾਰ ਲੱਸੀ ਪੀਣ ਨਾਲ ਹੀ ਮੇਰੇ ਉਹ ਪਿੱਤੇ ਦੇ ਵਿੱਚ ਲੀਕਵਿਡ ਜੰਮਿਆ ਆਇਆ ਹੀ ਨੀ, ਮੈਂ ਠੀਕ ਹੋ ਗਿਆ, ਤੇ ਸਮਝ ਲਓ ਵੀ ਉਹ ਵਧੀਆ ਗੱਲ। ਬਿਲਕੁਲ, ਨਾਲੇ ਵੇਖੋ ਨਾ ਹਿੰਗ ਲੱਗੀ ਨਾ ਫਰਕੜੀ ਰੰਗ ਗੂੜੇ ਦਾ ਗੂੜਾ। Thank you.